ਅਕਾਲੀਓ ਕੀ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। 22 ਸਾਲਾਂ ਦੇ ਨੌਜਵਾਨ ਨੇ ਆਪਣੀ ਹੀ ਮਾਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਨੌਜਵਾਨ ਨੇ ਆਪਣੀ ਮਾਂ ਦੀ ਮਮਤਾ ਦੀ ਵੀ ਪਰਵਾਹ ਨਹੀਂ ਕੀਤੀ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ ਅਤੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮ੍ਰਿਤਕ ਮਹਿਲਾ ਦਾ ਪਤੀ ਕੰਮ ਤੇ ਗਿਆ ਹੋਇਆ ਸੀ ਅਤੇ ਜਦ ਉਹ ਘਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਧਰਮ ਪਤਨੀ ਦੀ ਲਾਸ਼ ਬੈੱਡ ਤੇ ਪਈ ਹੋਈ ਸੀ ਅਤੇ ਆਪਣੀ ਪਤਨੀ ਨੂੰ ਇਸ ਹਾਲਤ 'ਚ ਦੇਖ ਉਸਦਾ ਪਤੀ ਹੱਕਾ ਬੱਕਾ ਰਹਿ ਗਿਆ ਅਤੇ ਉਸਦਾ ਰੋ ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ ਦਿਮਾਗੀ ਤੌਰ 'ਤੇ ਬਿਮਾਰ ਸੀ ਅਤੇ ਉਹ ਅਕਸਰ ਆਪਣੇ ਘਰਦਿਆਂ ਦੇ ਨਾਲ ਕੁੱਟਮਾਰ ਵੀ ਕਰਦਾ ਸੀ ਅਤੇ ਇੱਥੋਂ ਤੱਕ ਕਿ ਆਪਣੇ ਮਾਪਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਆ ਰਿਹਾ ਸੀ। ਪਰ ਅੱਜ ਉਸਦੇ ਵੱਲੋਂ ਇਸ ਘਨੌਣੀ ਕਰਤੂਤ ਨੂੰ ਅੰਜਾਮ ਦੇ ਦਿੱਤਾ ਗਿਆ। ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਖੂਨ ਦੇ ਨਾਲ ਲੱਥਪੱਥ ਦੇਖ ਉਸਦਾ ਪਤੀ ਹੱਕਾ ਬੱਕਾ ਰਹਿ ਗਿਆ ਅਤੇ ਹੁਣ ਉਸਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਪੁਲਿਸ ਦੇ ਵੱਲੋਂ ਉਕਤ ਨੌਜਵਾਨ ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਫਿਲਹਾਲ ਫਰਾਰ ਹੈ ਅਤੇ ਪੁਲਿਸ ਦੇ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਮੇਰਾ ਨਾਂ ਗੁਰਦੇਵ ਸਿੰਘ। ਕਿੱਥੇ ਕਿਹੜਾ ਮੁੱਲਾ? ਮੁੱਲਾ ਦਸ਼ਮੇਸ਼ ਨਗਰ। ਕੀ ਹੋਇਆ? ਗਲੀ ਨੰਬਰ 5 ਦਿਗਾਂ ਹੁਸ਼ਿਆਰਪੁਰ ਹੋਇਆ ਜੀ। ਉਹ ਮੁੰਡਾ ਆਪਣੀ ਮੰਮੀ ਨੂੰ ਮਾਰ ਕੇ ਚਲ ਗਿਆ, ਬੈਟਾ ਚੁੱਕ ਭੱਜ ਗਿਆ। ਕੌਣ ਮੁੰਡਾ ਸੀ? ਸੋਨੂ ਸੋਨ ਸਿੰਘ। ਹਾਂਜੀ 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 ਦਵਾਈ ਚੱਲ ਦਵਾਈ ਖਾਂਦਾ ਸੋਨੂ ਕਹਿੰਦਾ ਪਾਪਾ ਕਹਿੰਦਾ ਦਵਾਈ ਖਾਣੀ ਹੈ। ਮੈਂ ਲੈ ਲਾ ਤੁਹਾਡੀ ਵਾਈਫ ਨੂੰ ਮਾਰ ਕੇ ਚਲੀ। ਹਾਂਜੀ ਹਾਂਜੀ ਕਦੋਂ ਦੀ ਗੱਲ ਲੱਗਾ? ਸਾਨੂੰ ਪਤਾ ਲੱਗਾ, ਮੈਨੂੰ ਲੱਗਾ ਤਾਂ 3:30 3:15 ਵਜੇ। ਮੇਰੇ ਸਰ ਦੋ ਲੜਕੇ ਸੀਗੇ, ਤਿੰਨ ਲੜਕੀਆਂ, ਇੱਕ ਡੈਥ ਹੋ ਗਈ 11 ਸਾਲ ਹੋ ਗਏ ਡੈਥ ਹੋ ਗਈ। ਹਾਂਜੀ 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 ਇੱਕ ਕੁੜੀ ਮੈਂ ਦਿੱਲੀ ਆ, ਦੋ ਦੇਹਰਾਦੂਨ। ਸੋਨੂੰ ਸਾਰਿਆਂ ਨੇ ਛੋਟਾ ਫੋਨ ਕਰਤਾ? ਹਾਂਜੀ 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 ਸਰ ਦਿਮਾਗ ਥੋੜਾ ਨੁਕਸ ਸੀ, ਦਵਾਈ ਖਾਂਦਾ ਸੀ। ਮੇਰਾ ਨਾਂ ਪ੍ਰਦੀਪ ਸਿੰਘ ਜੀ। ਕੀ ਮਾਮਲਾ ਜੀ? ਇਹਨਾਂ ਦਾ ਭਾਜੀ ਮਾਮਲਾ ਆਇਆ ਸੀ, ਉਹਨਾਂ ਦਾ ਥੋੜਾ ਦਿਮਾਗੀ ਅਫਸਰ ਸੀ ਸੋਨੂੰ, ਉਹਨਾਂ ਦਾ ਬੇਟਾ, ਤੇ ਰੋਜ਼ ਮਾਰਕੁੱਟ ਕਰਦਾ ਹੁੰਦਾ ਸੀ। ਇਹਨਾਂ ਨੂੰ ਇਹੀ ਕਹਿੰਦਾ ਸੀ ਹਰ ਵਾਰੀ ਵੀ ਮੈਂ ਤੁਹਾਨੂੰ ਮਾਰ ਦੇਣਾ, ਮੈਂ ਤੁਹਾਨੂੰ ਮਾਰ ਦੇਣਾ ਵਾ, ਠੀਕ ਹੈ। ਉਹ ਅੱਜ ਉਹਨੇ ਸੱਚੀ ਕਰਕੇ ਦਿਖਾਤਾ ਵੀ ਮੈਂ ਤੁਹਾਨੂੰ ਮਾਰਤਾ। ਮਾਰਿਆ ਭਾਜੀ ਅੰਦਰ ਫਿੱਟੀਆਂ ਪਈਆਂ ਵਾ, ਫੱਟੀਆਂ ਮਾਰੀਆਂ ਬਸ ਸਿਰ ਤੇ ਹੋਈਆਂ ਮੂੰਹ ਤੇ। ਸੋਨੂੰ ਦੀ 21-22 ਸਾਲ ਦੀ, ਹੁਣ ਇਸ ਟਾਈਮ ਫਰਾਰ ਹੋਇਆ ਵਾ, ਨੱਠਿਆ ਪਿਆ ਵਾ। ਸਾਡੇ ਭਾਜੀ ਗੰਦਾ ਲੱਗਾ ਪਿਆ ਸੀ, ਉਹਨਾਂ ਨੇ ਤਾਲਾ ਤੋੜ ਕੇ ਅੰਦਰ ਵੜੇ ਤੇ ਅੰਦਰ ਆਣ ਕੇ ਦੇਖਿਆ ਬੈਠ ਕੇ ਸਾਡੇ ਭਾਬੀ ਮਰ ਗਿਆ। ਕੀ ਮਾਮਲਾ ਹੋਇਆ ਸੀ? ਬੇਸਿਕਲੀ ਫੋਨ ਆਇਆ ਸੀਗਾ ਕੋਈ ਢਾਈ ਤਕਰੀਬਨ 3:30 ਵਜੇ, ਮੁਹੱਲਾ ਦਸ਼ਮੇਸ਼ ਨਗਰ ਦੇ ਵਿੱਚ ਇੱਦਾਂ ਕੋਈ ਮਰਡਰ ਟਾਈਪ ਜਾਂ ਡੈਥ ਵਗੈਰਾ ਹੋਈ ਹੈ। ਉਸ ਰਿਲੇਟਡ ਜਦੋਂ ਮੈਂ ਇੱਥੇ ਆਇਆ ਤਾਂ ਜਦੋਂ ਮੈਂ ਡੈਡ ਬੋਡੀ ਦੇਖੀ ਵੀ ਕਾਫੀ ਖੂਨ ਦੇ ਨਾਲ ਲੱਥਪੱਥ ਸੀਗੀ ਉਹ, ਤਾਂ ਫਿਰ ਮੇਰੇ ਆਉਣ ਤੋਂ ਪਹਿਲਾਂ ਹੀ ਪੁਲਿਸ ਪਾਰਟੀ ਇੱਥੇ ਸੀਗੀ। ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੇ ਬੇਟੇ ਨੇ ਜਿਹੜੀਆਂ ਸੱਟਾਂ ਸੁੱਟਾਂ ਮਾਰ ਕੇ ਆਪਣੀ ਮਾਤਾ ਦੇ, ਉਹ ਫਰਾਰ ਹੋ ਗਿਆ। ਇਹ ਫੇਰੀ ਫੁਰੀ ਦਾ ਕੰਮ ਕਰਦੇ ਆ, ਭਾਟ ਸਿੰਘ ਬਰਾਦਰੀ ਆ ਇਹ, ਮੇਰੇ ਖਿਆਲ ਬਾਹਰ ਜਾਂਦੇ ਹਿਮਾਚਲ ਵਗੈਰਾ ਕੰਮ ਕਰਨ। ਉੱਥੇ ਜਦੋਂ ਇਹਨਾਂ ਨੇ ਆ ਕੇ ਦੇਖਿਆ ਵੀ ਲੌਕ ਲੱਗਾ ਸੀਗਾ ਡੋਰ ਨੂੰ, ਇਹਨਾਂ ਨੇ ਤੋੜ ਤੋੜ ਕੇ ਅੰਦਰ ਵੜੇ, ਜਦੋਂ ਦੇਖਿਆ ਜਿਹਨਾਂ ਦੀ ਵਾਈਫ ਹੈਗੀ ਆ ਉਹ ਖੂਨ ਦੇ ਨਾਲ ਕਾਫੀ ਉਹਨਾਂ ਦੀ ਬੋਡੀ ਜਿਹੜੀ ਉਹ ਸੀ ਡੈਡ ਬੋਡੀ ਪਈ ਸੀਗੀ। ਉਸ ਰਿਲੇਟਡ ਹੁਣ ਪੁਲਿਸ ਆਈ ਹੈ, ਜੋ ਇਨਵੈਸਟੀਗੇਸ਼ਨ ਹੋਏਗੀ ਪੁਲਿਸ ਉਹ ਦੇਖਦੇ ਕੀ ਕਰਦੀ ਹੈ। ਮਾਮਲਾ ਹੈ ਮਤਲਬ ਕਿ ਸਾਨੂੰ ਕੋਈ 4 ਵਜੇ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਨਗਰ ਦੇ ਵਿੱਚ ਕੋਈ ਲੇਡੀ ਦਾ ਮਰਡਰ ਹੋ ਗਿਆ, ਜਿੱਥੇ SHO ਮੋਲਟੋਨ ਅਤੇ ਮੈਂ ਵੀ ਇੱਥੇ ਮੌਕੇ 'ਤੇ ਆਇਆ। ਮੌਕੇ 'ਤੇ ਆਣ ਕੇ ਪਤਾ ਲੱਗਾ ਕਿ ਲੇਡੀ ਜਿਹਦਾ ਨਾਂ ਕੁੰਦਲਾ ਦੇਵੀ ਆ, ਵਾਈਫ ਆਫ ਗੁਰਦੀਪ ਸਿੰਘ, ਜਿਹਦੇ ਸਿਰ ਦੇ ਵਿੱਚ ਮਤਲਬ ਕਿਸੇ ਚੀਜ਼ ਨਾਲ ਮਾਰ ਕੇ ਜਿਹੜਾ ਉਹਦਾ ਕਤਲ ਕੀਤਾ ਗਿਆ ਆ। ਅਸੀਂ ਮੌਕੇ 'ਤੇ ਫੋਰੈਂਸਿਕ ਟੀਮ ਬੁਲਾਈ ਹੈ ਜੀ, ਘਰਦਿਆਂ ਦੇ ਸਟੇਟਮੈਂਟ ਲੈ ਕੇ ਜਿਹੜੀ ਬਣਦੀ ਆ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਕਿ ਉਹ ਬੇਟੇ ਨੇ ਹੀ ਆਪਣੇ ਮਾਂ ਨੂੰ ਮਾਰ ਕੇ ਨੱਠ ਗਿਆ। ਦੇਖੋ ਅਜੇ ਇਸ ਮੁੱਢਲੀ ਸਟੇਜ 'ਤੇ ਕੁਛ ਨਹੀਂ ਕਿਹਾ ਜਾ ਸਕਦਾ, ਇਹ ਇਨਵੈਸਟੀਗੇਸ਼ਨ ਦਾ ਪਾਰਟ ਆ। ਅਸੀਂ ਸਾਰੇ ਤੱਥ ਮੌਕੇ ਤੋਂ CCTV ਫੁਟੇਜ ਹੋਰ ਸਭ ਕੁਛ ਦੇਖ ਰਹੇ ਹਾਂ, ਮਤਲਬ ਜਿਹੋ ਜਿਹੇ ਵੀ ਹਾਲਾਤ ਹੋਏ ਉਹਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਏਗੀ।